ਚਿਸ਼ਤੀ ਦਰਬਾਰ ਦੇ ਮੁਖੀ ਬਾਬਾ ਦੀਪ ਸ਼ਾਹ ਅਤੇ ਉਹਨਾਂ ਦੇ ਸੇਵਾਦਾਰਾਂ ਵੱਲੋਂ ਇੱਕ ਸਰਕਾਰੀ ਡਾਕਟਰ ਮਲੂਕ ਸਿੰਘ ਜੋ ਜੀਰਾ ਤੋਂ ਮੋਗਾ ਆ ਰਿਹਾ ਸੀ ਉਸ ਨੂੰ ਰੋਕ ਕੇ ਉਸ 'ਤੇ ਹਮਲਾ ਕੀਤਾ ਗਿਆ, ਜਿਸ ਦੇ ਚੱਲਦੇ ਹੋਏ ਬਾਬਾ ਦੀਪ ਸ਼ਾਹ ਦੇ ਸੇਵਾਦਾਰਾਂ ਨੂੰ ਦੀਪਤੀ ਗੁਪਤਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਾਬਾ ਦੀਪ ਸ਼ਾਹ ਸਮੇਤ 8 ਨੂੰ ਸੇਵਾਦਾਰਾਂ 'ਤੇ ਪਰਚਾ ਦਰਜ ਹੈ, ਅੱਜ ਦੀਪਤੀ ਗੁਪਤਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਸੇਵਾਦਾਰਾਂ ਨੂੰ 2 ਦਿਨ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਬਾਬਾ ਦੀਪ ਸ਼ਾਹ ਦੀ ਗ੍ਰਿਫਤਾਰੀ ਅਜੇ ਨਹੀਂ ਹੋ ਸਕੀ। ਬਾਬੇ ਚਿਸ਼ਤੀ ਦੀ ਸਮਾਧ 'ਤੇ ਨੇ ਸਰਕਾਰੀ ਡਾਕਟਰ ਜਸ਼ਨੂਰ ਸਿੰਘ ਉਹਨੂੰ ਰੋਕ ਕੇ ਉਹਦੀ ਗੱਡੀ 'ਚੋਂ ਨਾਲੇ ਤੋਂ ਉਹਦੇ ਕੋਲ ਪੈਸੇ ਨਾ ਖਿੱਚੇ, ਨਾਲੇ ਉਹਦੀ ਚੈਨੀ ਲਾ ਲਈ ਅਤੇ 5 ਬੰਦੇ ਜਿਹੜੇ ਅਰੈਸਟ ਕਰ ਲਏ। ਕਿੰਨੇ ਬੰਦੇ ਦੇ ਪਰਚਾ ਦਰਜ ਹੈ? 8-9 ਬੰਦਿਆਂ ਦੇ ਨਾਮ ਅਤੇ ਬਾਕੀ ਬਾਕੀ ਦੀ ਇਹਨਾਂ ਨੂੰ 2 ਦਿਨ ਦੇ ਰਿਮਾਂਡ 'ਤੇ ਲਏ ਆ ਅਤੇ ਇਹਨਾਂ ਕੋਲ ਪੁੱਛਾਂਗੇ ਸਾਰੀ ਤਫਤੀਸ਼ ਕਰਾਂਗੇ। ਅੱਛਾ ਜੀ, ਕਿ ਕਿਹੜੇ ਕਿਹੜੇ ਬੰਦੇ ਨੇ ਅਤੇ ਨਾਲ ਡੇਰਾ ਮੁਖੀ ਨੇ ਇਹਨਾਂ ਦੇ ਆਪਣੇ ਬਾਬਾ ਜੀ ਉਹਨਾਂ ਦੇ ਵੀ? ਹਾਂਜੀ, ਬਾਬਾ ਦੀਪ ਸ਼ਾਹ। ਅੱਛਾ ਜੀ, ਉਹ ਵੀ ਨਹੀਂ ਫੜੇ ਗਏ? ਨਹੀਂ, ਉਹ ਵੀ ਨਹੀਂ ਫੜੇ ਗਏ। ਅੱਛਾ ਜੀ, ਅਤੇ ਹੁਣ ਇਸ ਵੇਲੇ ਕਿੰਨੇ ਦਿਨਾਂ ਦੀ ਰਿਮਾਂਡ ਦਿੱਤਾ ਗਿਆ? 2 ਦਿਨ ਦੇ ਰਿਮਾਂਡ ਹੈ, 17 ਤਰੀਕ ਤੱਕ। ਮੋਗੇ ਤੋਂ SM1 ਨਿਊਜ਼ ਦੇ ਲਈ ਸੰਜੀਵ ਕੁਮਾਰ ਅਰੋੜਾ ਦੀ ਰਿਪੋਰਟ।